डैडी जी घर मुंडे वाले आ गए। ਦਾ ਕਾਨੂੰ ਕੋ ਲਗਾ ਹੋਇਆ ਪਟਵਾਰੀ ਤੋਂ ਤਾਂ ਤਾਂ ਹੀ ਹੁੰਦਾ ਕਹਿੰਦੇ ਉਹ ਪ੍ਰਾਪਰ ਕਿਹੜੇ ਹੁੰਦੇ ਆ ਜੀ ਜਦੋਂ ਕੋਈ ਅੰਬਾਂ ਦੀ ਪੇਟੀ ਦੇ ਕੇ ਜਾਂਦਾ ਨਾ ਤਾਂ ਉਹ ਪਟਵਾਰੀ ਦੀ ਮਰਜ਼ੀ ਹੁੰਦੀ ਹੈ ਵੀ ਉਹਦੇ ਚੋਂ ਕਾਨੂੰ ਕੋ ਨੂੰ ਇੱਕ ਅੰਬ ਦੇਣਾ ਜਾਂ ਦੋ ਨਾਲੇ ਕਾਨੂੰ ਕੋ ਨੂੰ ਤਾਂ ਕੋਲੇ ਖੜੇ ਨੂੰ ਕਹਿੰਦੇ ਵੀ ਤੂੰ ਇੱਥੇ ਅੰਬ ਲੈਣਾ ਆ ਤੇਰਾ ਪੁੱਤ ਕਾਨੂੰ ਕੋ ਲੱਗ ਗਿਆ ਅੰਮੀ ਜਿਉਂਦਾ ਰਹਿ ਪੁੱਤ ਕਦੇ ਰੱਬ ਪਟਵਾਰੀ ਵੀ ਲਾਉਂਦਾ ਪਰ ਤੈਨੂੰ ਰਿਸ਼ਤਾ ਮੈਂ ਹੀ ਕਰਾਉਂਗੀ ਤੇ ਕਰਾਉਂਗੀ ਵੀ ਆਪਦੇ ਪੇਕਿਆਂ ਤੋਂ ਬੜੀ ਸੋਹਣੀ ਸੁਨੱਖੀ ਕੁੜੀ ਹੈ ਉੱਚੀ ਲੰਮੀ ਪਰੀਆਂ ਵਰਗੀ ਜਦੋਂ ਤੁਸੀਂ ਮੈਨੂੰ ਪਹਿਲੀ ਵਾਰੀ ਉੱਥੇ ਬਾਜ਼ਾਰ ਦੇਖਣ ਆਏ ਸੀ ਤੁਸੀਂ ਮੈਨੂੰ ਚੰਗੇ ਬਹੁਤ ਲੱਗੇ ਸੀ ਮੈਂ ਵੀ ਉਦੋਂ ਨੇ ਸੋਚ ਲਿਆ ਸੀ ਵੀ ਜਸਪਾਲ ਸਿੰਘ ਸਰਦਾਰਨੀ ਤਾਂ ਤੇਰੀ ਇਹੀ ਬਣੂਗੀ ਇਸ਼ਕ ਜਾ ਹੋ ਗਿਆ ਲੱਗਦਾ ਏ ਚੈਨ ਸਾਡਾ ਖੋ ਗਿਆ ਲੱਗਦਾ ਏ पटवारी लग्या हुंदा ऐ लोकां दे पैरां जिना वेचदा फिरदा मुंडा साडा अफसर लग्या लै आ कानू को नू अफसर दसी जांदा तुसी किसे तरह पटवारी नहीं लग सकते फोटो खिचनी गवांडने ते कोई खंगू रखेगा रे नहीं मार के आई दा हुंदा हुण की फायदा ਕਲਾਸ ਚ ਮੁਰਗੇ ਬਣਾ ਲਈਦੇ ਆ ਰਾਤ ਨੂੰ ਪਤੀਲੇ ਚ ਪਟਵਾਰੀ ਤਾਂ ਮੱਝ ਦੇ ਥਾਪੀ ਮਾਰ ਦੇਣ ਦੋ ਕਿਲੋ ਦੁੱਧ ਤੇ ਪੰਜ ਕਿਲੋ ਗੋਹਾ ਵੱਧ ਦਿੰਦੀ ਹੈ ਕਾਨੂੰ ਗੋਦੀ ਗੱਲ ਕਰਦਾ ਪਟਵਾਰੀ ਤਾਂ ਪਟਵਾਰੀ ਹੈ ਚੁੱਕ ਚੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ ਇਮਾਨਦਾਰ ਬੰਦੇ ਦੀ ਹਰੇਕ ਇੱਜ਼ਤ ਕਰਦਾ ਤੇ ਗੱਲ ਲਾ ਕੇ ਮਿਲਦਾ ਠੀਕ ਹੈ ਫਿਰ ਗੱਲ ਲੱਗੋ ਤੇ ਜਾਓ ਆਪਾਂ ਵੀ ਰਸੂਲੀ ਬੰਦੇ ਆ ਜਿਹੜਾ ਤਾਂ ਆਪਾਂ ਨੂੰ ਪਲਾ ਦੇ ਦੇਸੀ ਉਹ ਤਾਂ ਆਪਣਾ ਭਰਾ ਤੇ ਜਿਹੜਾ ਪਲਾ ਦੇ ਬਿਸ਼ਕੀ ਉਹ ਸਮਝ ਲੈ ਫਿਰ ਆਪਣਾ ਪਿਓ ਡੈਡੀ ਜੀ ਮੈਂ ਕਹਿੰਦਾ ਚਾਰ ਕਾਂਡਿਆਂ ਦੀ ਭੁਰਜੀ ਵੀ ਹੁਣ ਮੰਗਾਈ ਲਓ ਬਾਈ ਜੀ ਵਾਸਤੇ 6 ਆਂਡਿਆਂ ਦੀ ਭੁਰਜੀ